ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਹੈ? ਕਾਇਮ ਆ ਜੀ। ਅੱਜ ਬਾਈ ਰੁਪਿੰਦਰ ਦੇ ਘਰੇ ਪਹੁੰਚੇ ਹਾਂ ਜੀ, ਪਿੰਡ ਭਾਈ ਰੂਪਾ, ਜ਼ਿਲ੍ਹਾ ਬਠਿੰਡਾ, ਤਹਿਸੀਲ ਰਾਮਪੁਰਾ ਫੂਲ। ਅਤੇ ਬਾਕੀ ਭਾਈ ਰੂਪੇ ਦੀਆਂ ਕਾਫੀ ਤੁਸੀਂ ਵੀਡੀਓ ਦੇਖਦੇ ਰਹਿੰਦੇ ਹਾਂ ਅਤੇ ਪਿਆਰ ਵੀ ਬਹੁਤ ਦਿੰਦੇ ਰਹਿੰਦੇ ਹਾਂ, ਕਿਉਂਕਿ ਭਾਈ ਰੂਪਾ ਇੱਕ ਇੱਦਾਂ ਦਾ ਪਿੰਡ ਆ ਅਤੇ ਮੇਰੀ ਨਿਗਾਹ ਦੇ ਵਿੱਚ ਵੀ ਕਾਫੀ ਚੰਗੇ ਪਸ਼ੂ ਨਿਕਲਦੇ ਆ ਹਰ ਵੀਡੀਓ ਦੇ ਵਿੱਚ ਵੀ ਆਮ ਜਿਹੜਾ ਨੋਰਮਲ ਤੋਂ ਚੰਗਾ ਪਸ਼ੂ ਵੀ ਨਿਕਲਦਾ। ਅਤੇ ਸ਼ੌਂਕ ਆ ਭਰਾਵਾਂ ਨੂੰ ਕਾਫੀ ਮੁੰਡੇ ਜਿਹੜੇ ਭਾਈ ਰੂਪਾ, ਪਿੰਡ ਵੀ ਸਾਡਾ ਬਹੁਤ ਵੱਡਾ, 3-4 ਪਿੰਡਾਂ ਬਰਾਬਰ ਇਕੱਲਾ ਪਿੰਡ ਬਣ ਜਾਂਦਾ, ਤਾਂ ਪਸ਼ੂ ਪਾਲਕ ਬਹੁਤ ਚੰਗੇ ਆ ਇੱਥੇ। ਅਤੇ ਰੁਪਿੰਦਰ ਕੀ ਵਾਲਾ ਬਾਈ? ਅਤੇ ਰੁਪਿੰਦਰ ਜਿਹੜੀ ਅੱਜ ਮੱਝ ਦਿਖਾਉਣ ਲੱਗਦੇ ਆ ਬਾਈ, ਕਿੰਨੇ ਦੁੱਧ ਵਾਲੀ ਆ ਬਾਈ? ਇਹਨੇ ਪਿਛਲੇ ਸੂਏ 16 ਕੁ ਲੀਟਰ ਦੁੱਧ ਦਿੱਤਾ ਸੀਗਾ। ਅੱਛਾ, ਪਿਛਲੇ ਸਾਲ 16 ਲੀਟਰ ਦੁੱਧ ਦਿੱਤਾ ਜੀ। ਹੁਣ ਕਿੰਨਾ ਸੂਆ? ਹੁਣ ਤੀਜਾ ਸੂਆ ਬਾਈ। ਅੱਛਾ, ਤੀਜਾ ਸੂਆ ਸੂਣ ਵਾਲੀ ਹੈ। ਅਤੇ ਦਿਨ ਕਿੰਨੇ ਰਹਿ ਗਏ ਤੀ? ਦਿਨ ਇਹਦੇ 4 ਕੁ ਦਿਨ ਹੀ ਰਹਿੰਦੇ ਆ ਬਾਈ। 4 ਕੁ ਦਿਨ ਰਹਿ ਗਏ। ਅਤੇ ਸੀਮਨ ਕਿਹੜਾ ਭਰਾਇਆ ਹੈ? ਸੀਮਨ ਤਾਂ ਯਾਰ ਮੈਨੂੰ ਨਹੀਂ ਐਵੇਂ ਉਹ ਕਰਾਂ, ਧਿਆਨ 'ਚ ਡੈਡੀ ਨੇ ਭਰਾਇਆ ਸੀ। ਅੱਛਾ, ਓਕੇ, ਠੀਕ ਆ, ਅੰਕਲ ਨੂੰ ਪਤਾ, ਠੀਕ ਹੈ। ਯਾਨੀ ਕਿ ਸੀਮਨ ਤਾਂ ਪਹਿਲਾਂ ਤਾਂ ਤੁਸੀਂ ਵਧੀਆ ਭਰਾਉਂਦੇ ਆ, ਤਾਂ ਹੀ ਤੁਹਾਡੇ ਕੋਲ ਪਸ਼ੂ ਸਾਰੇ 15-16 ਤਾਂ ਉੱਤੇ ਹੀ ਹੁੰਦੇ ਤੁਹਾਡੇ ਕੋਲੇ। ਓਕੇ, ਇਹ ਵੀ ਬਹੁਤ ਵਧੀਆ ਗੱਲ ਆ, ਹੈ ਨਾ। ਚੱਲ ਸਾਰੇ ਕਹਿਣ ਦਾ ਭਾਵ ਪਤਾ ਆਪਾਂ ਨੂੰ ਹੋਣਾ ਚਾਹੀਦਾ। ਤਾਂ ਲਓ ਵੀ ਮਿੱਤਰੋ, ਦੇਖ ਸਕਦੇ ਹਾਂ ਤਾਂ ਸਿੰਘ ਤੋਂ ਲਾ ਕੇ ਮੱਝ ਦੇ ਕਰੈਕਟਰ ਲਾ ਕੇ ਪਿਓਰ ਮੂਹਰਾ, ਠੀਕ ਹੈ। ਤਾਂ ਕੋਈ ਐਕਸਟਰਾ ਜਿਹੜਾ ਆਪਾਂ ਕਹਿ ਦਿੰਦੇ ਹੁੰਦੇ ਹਾਂ, ਬਹੁਤ ਚੀਜ਼ਾਂ ਦੀ ਇੱਕ ਚੀਜ਼ ਦਾ ਰੌਲਾ ਤੁਸੀਂ ਵੀ ਦੇਖਿਆ, ਉਹ ਧੁੰਨੀ ਦਾ ਰੌਲਾ ਪੈਂਦਾ ਹੁੰਦਾ ਅਤੇ ਮੂਹਰਲੀਆਂ ਲੱਤਾਂ ਦਾ ਰੌਲਾ ਪੈਂਦਾ ਹੁੰਦਾ। ਇਹ ਰੌਲਾ ਯਕੀਨਨ ਹੀ ਹੁੰਦਾ ਵੀ ਜਿਹੜੀ ਮੂਹਰਾ ਜ਼ਿਆਦੇ ਆ, ਜਿਹੜਾ ਮੂਹਰਲਾ ਮਾਸ ਆਪਣੇ, ਸਾਡੇ ਤਾਂ ਬਾਹੂ ਕਹਿ ਦਿੰਦੇ ਹਾਂ, ਹੈ ਨਾ ਜੀ ਅੰਕਲ ਜੀ, ਬਾਹੂ ਕਹਿੰਦੇ ਹੁੰਦੇ ਆਪਾਂ, ਤਾਂ ਇੱਧਰ ਬਾਹੂ ਕਹਿ ਦਿੰਦੇ ਹਾਂ। ਉਹ ਬਾਹੂ ਦਾ ਮਾਸ ਬਹੁਤ ਛੋਟਾ ਚਾਹੀਦਾ। ਅਤੇ ਦੂਜੀ ਗੱਲ ਧੁੰਨੀ, ਹਰਿਆਣੇ ਦੇ ਵਿੱਚ ਇਹਨੂੰ ਛੁੰਡੀ ਬੋਲ ਦਿੰਦੇ, ਆਪਣੇ ਧੁੰਨੀ ਬੋਲਦੇ ਆ। ਜਿਹੜੇ ਪਸ਼ੂ ਦੀ ਧੁੰਨੀ ਲੌਂਕਦੀ ਹੈ ਉਹ ਨੀਲੀ ਰਾਵੀ ਦੇ ਵਿੱਚ ਮਾੜਾ ਮੋਟਾ ਕਰੋਸਿੰਗ ਆਉਂਦੀ ਹੈ, ਠੀਕ ਹੈ, ਕਦੇ ਨਾ ਕਦੇ 1-2% ਦਾ ਕੋਈ ਵੀ ਪ੍ਰੋਬਲਮ ਹੋਊ। ਪਰ ਜਿਹੜੀ ਦੀ ਧੁੰਨੀ ਬਿਲਕੁਲ ਨਹੀਂ ਲੌਂਕਦੀ ਹੁੰਦੀ ਤਾਂ ਉਹਦਾ ਕਰੈਕਟਰ ਬਹੁਤ ਜ਼ਿਆਦਾ ਚੰਗਾ ਮੋਹਰਾ ਦੀ ਹੁੰਦਾ। ਅਤੇ ਸਿੰਘ ਦੀ ਤੁਸੀਂ ਬਣਤਰ ਆਟੋਮੈਟਿਕ ਹੀ ਦੇਖ ਸਕਦੇ ਹਾਂ, ਜਮਾਂ, ਠੀਕ ਹੈ ਜੀ, ਮੋਹਰਾ ਪਿੱਛੋਂ ਮਤਲਬ ਗੋਲ ਘੁੰਮਣਾ ਰਿੰਗ, ਯਾਨੀ ਕਿ ਜਿਹੜਾ ਜਮਾਂ ਬਰਾਬਰ ਹੁੰਦਾ। ਕਈ ਚੀਜ਼ਾਂ ਹੁੰਦੀਆਂ ਦੇਖਣ ਨੂੰ, ਕਈ ਬਹੁਤ ਜ਼ਿਆਦਾ ਕੁੰਡੀਆਂ ਹੁੰਦੀਆਂ, ਉਹ ਬੰਨੀ ਵਾਲਾ ਟਾਈਪ ਹੁੰਦਾ, ਜਿਹੜਾ ਇਹ ਸਿੰਘ ਹੁੰਦਾ ਮਗਰੋਂ ਹਟਵਾਂ ਹੁੰਦਾ, ਇਹ ਮੂਹਰਾ ਵਾਲਾ ਹੁੰਦਾ। ਅਤੇ ਬਾਕੀ ਆ ਜਾ ਰੁਪਿੰਦਰ ਭਾਈ, ਦਵਾਈ ਹੈ ਗੇੜਾ ਮਾੜਾ ਜਿਹਾ, ਤਾਂ ਤੁਹਾਨੂੰ ਖੋਲ੍ਹ ਕੇ ਵੀ ਦਿਖਾਉਣੇ ਆ। ਤਾਂ 4 ਕੁ ਦਿਨ ਹਜੇ ਬਾਕੀ ਹੈ, ਅਤੇ ਜਿਵੇਂ 22-23 ਦੇ ਹੋ ਸਕਦਾ ਇਹ ਹਫ਼ਤੇ ਨਾ ਸੂਬੇ ਆ ਜੀ, ਹੈ ਨਾ। ਅਤੇ ਤੁਹਾਨੂੰ ਆਰਡਰ ਉਡਰ ਦਿਖਾਉਣੇ ਆ ਤੁਸੀਂ ਥਾਂ ਥਾਂ 'ਤੇ, ਪੂਰੇ ਤੁਸੀਂ ਗੌਰ ਦੇ ਨਾਲ ਇਹਨੂੰ ਗੱਲ ਦੇਖਣਾ। ਤਾਂ ਦੇਖ ਸਕਦੇ ਹੋ ਤੁਸੀਂ ਆਰਡਰ, ਉਹਨਾਂ ਕੋਲ ਨੇੜੇ ਵੱਧ ਤਾਂ ਨਹੀਂ ਜਾਂਦਾ, ਮੁੜ ਕੇ ਜਦੋਂ ਬਾਹਲਾ ਨੇੜੇ ਜਾਂਦੇ ਆ ਮੱਝ ਡਰ ਕੇ ਭੱਜਦੀ ਹੈ। ਲਓ ਵੀ ਮਿੱਤਰੋ, ਪੂਰੀ ਤਸੱਲੀ ਕਰਾਵਾਂਗੇ ਤੁਹਾਡੀ ਵੀਡੀਓ ਦਿਖਾਉਣ ਦੇ ਵਿੱਚ ਵੀ ਪਤਾ ਲੱਗੇ। ਹਾਂ, ਇਹ ਲੁਟਾਇਆ ਹੌਲੀ ਹੌਲੀ ਤੁਰੀ। ਹੁਣ ਦੇਖੋ ਜੀ ਥਾਂ ਦਾ ਸਾਈਜ਼ ਦੇਖੋ, ਅਤੇ ਆਰਡਰ ਦੀ ਜਿਹੜੀ ਬਣਤਰ ਦੇਖੋ, ਅਤੇ ਬਹੁਤ ਜ਼ਬਰਦਸਤ ਸੋਹਣਾ ਆਰਡਰ ਹੈ। ਬਾਕੀ ਜਿੰਨੀ ਦੁੱਧ ਦੀ ਇਹਨਾਂ ਨੇ ਕੰਪੈਟੀ ਦੱਸੀ ਆ, ਮੈਂ ਇੱਕ ਗੱਲ ਦਾ ਦਾਅਵਾ ਕਰ ਸਕਦਾ ਵੀ ਜੇ ਹੋਰ ਕੋਈ ਵਪਾਰੀ ਹੁੰਦਾ, ਕੁਛ ਵੀ ਹੁੰਦਾ, ਉਹਨਾਂ ਨੇ ਇੱਦਾਂ ਵਾਲੀ ਮੱਝ ਦਾ ਵੀ ਆਰਡਰ ਦੇਖਣ ਦੇ ਹਿਸਾਬ ਦੇ ਨਾਲ ਤਾਂ ਝੂਠ ਬੋਲਣਾ ਹੈ, ਠੀਕ ਹੈ। ਐਡੇ 'ਚ ਐਡੇ ਜੂ ਕਹਿੰਦੇ ਜੀ, ਇਹਨੇ ਪਹਿਲੇ ਸੂਏ 18-20 ਲੀਟਰ ਦਿੱਤਾ, ਬਾਈ ਨੇ ਦੇਖ ਦਿੱਤਾ ਵੀ 15-16 ਦਿੱਤਾ ਬਾਈ ਪਹਿਲਾਂ, ਤਾਂ 15-16 ਦਿੱਤਾ, ਠੀਕ ਹੈ। ਅਤੇ ਨਜ਼ਾਰਾ ਤਾਂ ਆਉਣਾ ਵੀ ਜਦੋਂ ਇੱਥੋਂ ਬਾਈ ਕੋਲੋਂ ਗਈ ਤਾਂ 1-2 ਲੀਟਰ ਤੁਸੀਂ ਵੱਧ ਝੋਮੋਗੇ, ਫਿਰ ਸਵਾਦ ਹੁੰਦਾ। ਅਤੇ ਆਰਡਰ ਦੀ ਤੁਸੀਂ ਤਿਆਰੀ ਜੇ ਆਪ ਹੀ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਵੀ ਆਮ ਜਿਹੜੀਆਂ ਮੱਝਾਂ ਇੱਦਾਂ ਦੇ ਆਰਡਰ ਵਾਲੀਆਂ ਜਿਹੜੀਆਂ ਹੁੰਦੀਆਂ, ਤਾਂ ਵੀ ਉਹਨੂੰ ਵੀ ਬੰਦਾ ਕਿੰਨੇ ਦੁੱਧ ਵਾਲੀ ਕਹਿ ਦਿੰਦਾ। ਤਾਂ ਤੁਸੀਂ ਇਹਦੀ ਆਰਡਰ ਦੀ ਜਿਹੜੀ ਬਣਤਰ ਹੈ 4-4 ਉਂਗਲਾਂ ਬਾਹਰ ਲਈ, ਤਾਂ ਬਿਊਟੀ ਵਾਲਾ ਆਰਡਰ ਬਹੁਤ ਜ਼ਿਆਦਾ ਸੋਹਣਾ, ਪਰਮਾਤਮਾ ਨਜ਼ਰ ਤੋਂ ਬਚਾਈ ਰੱਖੇ, ਮੱਝ ਬਾਕੀ ਜ਼ਿਆਦਾ ਸੋਹਣੀ ਆ, ਦੁੱਧ ਵਾਲੇ ਕਰੈਕਟਰ ਸਾਰੇ ਇਹਦੇ ਫੁੱਲ। ਅਤੇ ਰੁਪਿੰਦਰ ਭਾਈ ਨੰਬਰ ਤੁਹਾਡਾ?
ਨੰਬਰ 98774 ਬਾਈ 98774 99150 ਹਾਂ ਹਾਂ ਇੱਕ ਵਾਰੀ ਹੋਰ ਬੋਲਦੇ 98774 99150 99150 ਲਓ ਵੀ ਮਿੱਤਰੋ ਇਹ ਨੰਬਰ ਹੈ ਰੁਪਿੰਦਰ ਦਾ ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਰੁਪਿੰਦਰ ਦੇ ਨਾਲ ਗੱਲ ਕਰ ਸਕਦੇ ਹਾਂ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਰਾਮਪੁਰੇ ਫੂਲ ਦੇ ਬਿਲਕੁਲ ਨਜ਼ਦੀਕ ਹੈ ਜੀ ਅਤੇ ਬਾਕੀ ਹਜੇ ਮੈਂ ਕੋਸ਼ਿਸ਼ ਦੇਖੋ ਬਹੁਤ ਕਰਦਾ ਵੀ ਤੁਹਾਨੂੰ ਮੈਂ ਆਰਡਰ ਬਹੁਤ ਵਧੀਆ ਦਿਖਾਵਾਂ ਅਤੇ ਕਿਉਂਕਿ ਪਸ਼ੂ ਫਿਰ ਵੀ ਬਗਾਨੇ ਥਾਂ 'ਤੇ ਜਦੋਂ ਬਗਾਨੇ ਬੰਦੇ ਤੋਂ ਡਰਦਾ ਉਹਨੂੰ ਪਾਸਾ ਪੂਸਾ ਜਿਹਾ ਘੁਮਾ ਜਾਂਦਾ ਅਤੇ ਬਾਕੀ ਜੇ ਤੁਸੀਂ ਰੀਅਲ ਦੇ ਵਿੱਚ ਆ ਕੇ ਦੇਖੋ ਤਾਂ ਜਿਹੜਾ ਵੀ ਭਰਾ ਦੇਖਦਾ ਤਾਂ ਉਹਦੀ ਰੂਹ ਜਾਣੀ ਕਿ ਵੀ ਖੁਸ਼ ਹੋਜੂ ਵੀ ਬਾਕੀ ਯਾਰ ਠੀਕ ਆ ਜੇ ਪਸ਼ੂ ਰੱਖ